अस्सलाम वालेकुम गाइस, आज का जो टॉपिक है ना वो है वीडियो अपलोड करके अर्निंग किस तरह की जा सकती है। ये वो तरीका जो तुम वीडियो ही मैं दसांगा, तो वीडियो में ध्यान नाल ते गौर नाल सुनना ते देखना। ते वीडियो में शुरू करने तो पहला गुजारिश है चैनल सब्सक्राइब ते लाइक जरूर करो। ते चलो वीडियो का आगाज करते हैं, शुरू करते हैं। ਪਰ ਆ ਪਹਿਲਾਂ ਤੁਸੀਂ ਆਪਣੇ ਚਲੇ ਜਾਣਾ ਗੂਗਲ ਅਕਾਊਂਟ ਵਿੱਚ। ਇੱਥੇ ਜਾ ਕੇ ਤੁਸੀਂ ਲਿਖਣਾ 500 PX, ਇਹ ਸਪੈਲਿੰਗ ਵੇਖ ਲਓ, ਇਹ ਬਿਲਕੁਲ ਲਿਖਣੀ। ਐਂਟਰ ਕਰ ਦੇਣਾ, ਐਂਟਰ ਕਰਦਿਆਂ ਸਾਰੇ ਤੁਹਾਡੇ ਕੋਲ ਪਹਿਲੀ ਵੈਬਸਾਈਟ ਆ ਜਾਣੀ। ਜਿਵੇਂ ਪਹਿਲੀ ਵੈਬਸਾਈਟ ਨੂੰ ਦਬਾਵਾਂਗੇ, ਦਬਾਉਂਦਿਆਂ ਸਾਰ ਤੇ ਲੋਡਿੰਗ ਹੋਏਗੀ ਤੇ ਵੇਖਣੇ ਹੁਣ ਕਿਹੜਾ ਇੰਟਰਫੇਸ ਆਉਂਦਾ। ਨੈਟਵਰਕ ਦਾ ਥੋੜ੍ਹਾ ਇਸ਼ੂ ਹੈ ਤੇ ਇਹ ਸਾਡੇ ਕੋਲ ਵੈਬਸਾਈਟ ਓਪਨ ਹੋ ਗਈ ਹੈ। ਇੱਥੇ ਸਿੰਪਲ ਕਰਨਾ ਸਾਈਨ ਅਪ, ਕਿਉਂਕਿ ਪਹਿਲੀ ਵਾਰ ਅਸੀਂ ਲੋਗਿਨ ਕਰਵਾਉਣਾ ਤੇ ਲੋਗਿਨ ਨਹੀਂ ਕਰਨਾ, ਸਾਈਨ ਅਪ ਕਰਨਾ ਅਕਾਊਂਟ ਬਣਾਉਣ ਦਾ। ਇੱਥੇ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਨੇ, ਅਸੀਂ ਇੱਥੇ ਐਗਰੀ ਕਰਕੇ ਤੇ ਕੰਟੀਨਿਊ ਵਿਦ ਗੂਗਲ ਕਰ ਦਿਆਂਗੇ। ਫਿਰ ਇੱਥੇ ਸਾਡੇ ਕੋਲ ਆ ਜਾਏਗਾ ਆਪਣਾ ਅਕਾਊਂਟ, ਅਸੀਂ ਉਹਦੇ ਜ਼ਰੀਏ ਕਰ ਦਿਆਂਗੇ ਲੋਗਿਨ। ਲੋਗਿਨ ਜਿਵੇਂ ਕਰਾਂਗੇ ਇੱਥੇ ਸਾਡੇ ਕੋਲ ਲੋਡਿੰਗ ਹੋਏਗੀ। ਲੋਡਿੰਗ ਹੋ ਰਹੀ ਹੈ ਤੇ ਇੱਥੇ ਅਕਾਊਂਟ ਬਣ ਜਾਏਗਾ ਸਾਡਾ ਰੈਡੀ। ਦੇਖੋ ਇੱਥੇ ਸਾਡੇ ਕੋਲ ਆਏਗਾ, ਇੱਥੇ ਅਸੀਂ ਇਹਨੂੰ ਐਗਰੀ ਕਰ ਦੇਣਾ ਅਤੇ ਇੱਥੇ ਕਰ ਦੇਣਾ ਨੈਕਸਟ। ਜਿਵੇਂ ਨੈਕਸਟ ਕਰਾਂਗੇ ਆਹ ਸਾਡਾ ਜਿਹੜਾ ਡੈਸ਼ਬੋਰਡ ਇੱਥੇ ਓਪਨ ਹੋ ਜਾਏਗਾ। ਇਹਨੂੰ ਅਸੀਂ ਸਕਿਪ ਕਰ ਦਿਆਂਗੇ ਫਿਲਹਾਲ। ਇਹ ਸਾਡਾ ਬਣ ਕੇ ਅਕਾਊਂਟ ਰੈਡੀ ਹੋ ਚੁੱਕਿਆ। ਹੁਣ ਇੱਥੇ ਪਿਕਚਰਾਂ ਕਿੰਝ ਅਪਲੋਡ ਕਰਨੀਆਂ ਹੈ ਉਹ ਇੱਥੇ ਅਪਲੋਡ ਨੂੰ ਦਬਾਵਾਂਗੇ, ਫਿਰ ਅਪਲੋਡ ਨੂੰ ਦਬਾਵਾਂਗੇ। ਇੱਥੇ ਆਏਗਾ ਐਡ ਫੋਟੋ, ਫੋਟੋ ਐਡ ਕਰਾਂ ਦੇ ਕੋਈ ਵੀ ਇੱਥੇ ਅਸੀਂ ਲੈ ਲੈਂਦੇ ਹਾਂ, ਮਸਲਾਂ ਕਿ ਅਸੀਂ ਐਡ ਕਰ ਲੈਂਦੇ ਹਾਂ। ਇੱਥੇ ਪਿਕਚਰ ਜਿਹੜੀ ਉਹ ਸਾਡੀ ਹੋ ਰਹੀ ਹੈ ਅਪਲੋਡ। ਜਿਵੇਂ ਅਪਲੋਡ ਹੁੰਦੀ ਹੈ ਅੱਗੋਂ ਕੀ ਤਰੀਕਾ ਕਰਨਾ ਦੱਸਣਾ ਹੋਵੇ, ਜੈਸੇ ਕਿ ਸਾਡੀ ਪਿਕਚਰ ਜਿਹੜੀ ਅਪਲੋਡ ਹੋ ਗਈ ਹੈ। ਹੁਣ ਇੱਥੇ ਅਸੀਂ ਜਾਂ ਪਿਕਚਰ ਦਾ ਟਾਈਟਲ ਐਡ ਕਰਾਂਗੇ, ਚਾਈਲਡ ਇੱਥੇ ਅਸੀਂ ਚਾਈਲਡ ਵਿਦ ਅਸੀਂ ਇਹਦੀ ਡਿਸਕ੍ਰਿਪਸ਼ਨ ਦੇ ਦਿਆਂਗੇ ਥੋੜ੍ਹੀ ਜੀ।
ਇੱਥੇ ਅਸੀਂ ਜੀ ਥੋੜ੍ਹੀ ਕੋਈ ਡਿਸਕ੍ਰਿਪਸ਼ਨ ਦੇ ਦਿੱਤੀ ਹੈ, ਇੱਥੇ ਅਸੀਂ ਕੈਟਾਗਰੀ ਸਿਲੈਕਟ ਕਰ ਲਾਂਗੇ, ਆ ਜਾਂਦੀ ਹੈ ਨੇਚਰ ਵਿੱਚ, ਸਾਡੀ ਆ ਜਾਂਦੀ ਇੱਥੇ ਨੇਚਰ ਵਿੱਚ, ਇੱਥੇ ਲੋਕੇਸ਼ਨ ਰਹਿਣ ਦਿਆਂਗੇ, ਕੀਵਰਡ ਐਡ ਕਰ ਦਿਆਂਗੇ, ਸਾਰੇ ਅਸੀਂ ਕੀਵਰਡ ਐਡ ਰਹਿਣ ਦਿਆਂਗੇ, ਗੋ ਨੈਕਸਟ ਕਰ ਦਿਆਂਗੇ। ਇੱਥੇ ਨੂੰ ਅਸੀਂ ਪਬਲਿਕ ਰਹਿਣ ਦਿਆਂਗੇ, ਇੱਥੇ ਅਸੀਂ ਕੁਝ ਵੀ ਨਹੀਂ ਇੱਥੇ ਦੇਣਾ, ਇੱਥੇ ਅਸੀਂ ਅਪਲੋਡ ਕਰ ਦਿਆਂਗੇ, ਜਿਵੇਂ ਅਪਲੋਡ ਕਰਾਂਗੇ ਸਾਡੀ ਹੋ ਜਾਏਗੀ, ਅਪਲੋਡ ਹੋ ਜਾਏਗੀ। ਆ ਦੇਖੋ ਜੇ ਅਪਲੋਡ ਕਰਾਂਗੇ ਇੱਥੇ ਸਾਡੀ ਆ ਜਾਏਗੀ ਅਪਲੋਡਿੰਗ ਵਿੱਚ, ਇਸ ਤਰ੍ਹਾਂ ਅਸੀਂ ਪਿਕਚਰ ਜਿਹੜੀ ਅਪਲੋਡ ਕਰਕੇ ਇੱਥੇ ਅਰਨਿੰਗ ਕਰ ਸਕਦੇ ਹਾਂ। ਵੇਖੋ ਸਾਡੀ ਪਿਕਚਰ ਅਪਲੋਡ ਹੋ ਗਈ ਹੈ, ਵੈਸੇ ਜਿੰਨੀਆਂ ਪਿਕਚਰਾਂ ਅਸੀਂ ਅਪਲੋਡ ਕਰਾਂਗੇ ਉਨ੍ਹਾਂ ਸਾਨੂੰ ਇੱਥੇ ਅਰਨਿੰਗ ਹੋਏਗੀ, ਫਾਇਦਾ ਹੋਏਗਾ। ਅਤੇ ਜਿਹੜਾ ਪੇਮੈਂਟ ਹੈ ਉਹ ਤੁਹਾਨੂੰ ਬੈਂਕ ਅਕਾਊਂਟ ਦੇ ਜ਼ਰੀਏ ਮਿਲੇਗਾ, ਅਤੇ ਹੋਰ ਵੀ ਇਹਦੇ ਰਿਲੇਟਿਡ ਇੱਕ ਵੀਡੀਓ ਹੋਰ ਵੀ ਅਪਲੋਡ ਕੀਤੀ ਗਈ ਹੈ, ਉਹਨੂੰ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ, ਉਹਦੇ ਤੋਂ ਵੀ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾ ਸਕਦੇ ਹੋ। ਸ਼ੁਕਰੀਆ।